लग रहा जी रोक लो माड़ी जी गड्डी ਕਮਨ ਦਾ ਦੱਸ ਜੀ ਸਰ ਅੱਜ ਜਿਹੜੇ ਪਰਵਾਨਾ ਦੀ ਪੇਸ਼ੀ ਹੋਈ ਸੀ ਸਰ ਉਹਦੇ ਵਿੱਚ ਕੀ ਅੱਜ ਜੁਡੀਸ਼ੀਅਲ ਕਰ ਦਿੱਤਾ ਗਿਆ ਦੋ ਐਫ ਆਈ ਆਰ ਦੇ ਵਿੱਚ ਨਾਮਜ਼ਦ ਸੀਗੀ 73 ਨੰਬਰ ਤੇ 76 ਨੰਬਰ ਚ ਜੀ ਤੇ ਦੋਨਾਂ ਦੇ ਵਿੱਚ ਅੱਜ ਜੁਡੀਸ਼ੀਅਲ ਜਿਹੜਾ ਹੈਗਾ ਮਾਨਜੋ ਕੋਰਟ ਨੇ ਸੀਜਮ ਸਾਹਿਬ ਨੇ ਉਹ ਜੁਡੀਸ਼ੀਅਲ ਭੇਜ ਦਿੱਤਾ ਸੋ ਬਾਕੀ ਮੈਟਰ ਆਫ ਟ੍ਰਾਇਲ ਹੈ ਕੀ ਅੱਗੇ ਰੱਖਾਂਗੇ ਜੀ ਅਸੀਂ ਦੇਖਾਂਗੇ ਹੁਣ ਕੀ ਕੀ ਕਰਨਾ ਸੋ ਦੋਨਾਂ ਐਫ ਆਈ ਆਰ ਦੇ ਵਿੱਚ ਅੱਜ ਜੁਡੀਸ਼ੀਅਲ ਕਰ ਦਿੱਤਾ ਕਿੰਨਾ ਕੁ ਜੁਡੀਸ਼ੀਅਲ ਭੇਜਿਆ ਜੀ ਦੋਨਾਂ ਕੇਸਿਸ ਦੇ ਵਿੱਚ ਜੀ ਕਿੰਨੇ ਟਾਈਮ ਇਹ ਤਾਂ 14 ਦਿਨ ਦੀ ਹੁੰਦੀ ਹੈ ਜੀ ਰਾਈਟ ਸੋ ਬਾਕੀ ਦੇਖਾਂਗੇ ਮੈਟਰ ਆਫ ਟ੍ਰਾਇਲ ਹੈ ਸੋ ਦੋਨਾਂ ਕੇਸਿਸ ਦੇ ਵਿੱਚ ਅੱਜ ਜੁਡੀਸ਼ੀਅਲ ਜਿਹੜਾ ਉਹ ਕਰ ਦਿੱਤਾ ਪੁਲਿਸ ਨੇ ਰਿਮਾਂਡ ਦੀ ਵੀ ਡਿਮਾਂਡ ਕਰੀ ਸੀ ਸਰ ਹੋਰ ਨਹੀਂ ਅੱਜ ਕੋਈ ਰਿਮਾਂਡ ਦੀ ਡਿਮਾਂਡ ਨਹੀਂ ਕੀਤੀ ਜੀ ਕਿਸੇ ਵੀ ਤਰ੍ਹਾਂ ਦੀ ਜੀ ਸੋ ਪਰ ਸਾਨੂੰ ਇਹ ਲੱਗਦਾ ਸੀ ਵੀ ਕਿਤੇ ਹੋ ਸਕਦਾ ਕੋਈ ਕਦੇ ਦਿਨ ਦੀ ਡਿਮਾਂਡ ਕਰਨ ਪਰ ਕਿਸੇ ਵੀ ਤਰ੍ਹਾਂ ਦੀ ਪੁਲਿਸ ਨੇ ਅਜੇ ਡਿਮਾਂਡ ਨਹੀਂ ਕੀਤੀ ਹੈ ਜੀ ਰਿਮਾਂਡ ਠੀਕ ਲਾਉ ਜਰਾ ਲਾਉਰੇ ਜੇ ਰੋਕ ਲਓ ਮਾੜੀ ਜੀ ਗੱਡੀ ਕਮਨ ਦਾ ਦੱਸ ਜੀ ਸਰ ਅੱਜ ਜਿਹੜੇ ਪਰਵਾਨਾ ਦੀ ਪੇਸ਼ੀ ਹੋਈ ਸੀ ਸਰ ਉਹਦੇ ਵਿੱਚ ਕੀ ਅੱਜ ਜੁਡੀਸ਼ੀਅਲ ਕਰ ਦਿੱਤਾ ਗਿਆ ਦੋ ਐਫ ਆਈ ਆਰ ਦੇ ਵਿੱਚ ਨਾਮਜ਼ਦ ਸੀਗੀ 73 ਨੰਬਰ ਤੇ 76 ਨੰਬਰ 'ਚ ਜੀ ਅਤੇ ਦੋਨਾਂ ਦੇ ਵਿੱਚ ਅੱਜ ਜੁਡੀਸ਼ੀਅਲ ਜਿਹੜਾ ਹੈਗਾ ਮਾਨਜੋ ਕੋਰਟ ਨੇ ਸੀਜਮ ਸਾਹਿਬ ਨੇ ਉਹ ਜੁਡੀਸ਼ੀਅਲ ਭੇਜ ਦਿੱਤਾ ਸੋ ਬਾਕੀ ਮੈਟਰ ਆਫ ਟ੍ਰਾਇਲ ਹੈ ਕੀ ਅੱਗੇ ਰੱਖਾਂਗੇ ਜੀ ਅਸੀਂ ਦੇਖਾਂਗੇ ਹੁਣ ਕੀ ਕੀ ਕਰਨਾ ਸੋ ਦੋਨਾਂ ਐਫ ਆਈ ਆਰ ਦੇ ਵਿੱਚ ਅੱਜ ਜੁਡੀਸ਼ੀਅਲ ਕਰ ਦਿੱਤਾ ਕਿੰਨਾ ਕੁ ਜੁਡੀਸ਼ੀਅਲ ਭੇਜਿਆ ਜੀ ਦੋਨਾਂ ਕੇਸਿਸ ਦੇ ਵਿੱਚ ਜੀ ਕਿੰਨੇ ਟਾਈਮ ਇਹ ਤਾਂ 14 ਦਿਨ ਦੀ ਹੁੰਦੀ ਹੈ ਜੀ ਰਾਈਟ ਸੋ ਬਾਕੀ ਦੇਖਾਂਗੇ ਮੈਟਰ ਆਫ ਟ੍ਰਾਇਲ ਹੈ ਸੋ ਦੋਨਾਂ ਕੇਸਿਸ ਦੇ ਵਿੱਚ ਅੱਜ ਜੁਡੀਸ਼ੀਅਲ ਜਿਹੜਾ ਉਹ ਕਰ ਦਿੱਤਾ ਪੁਲਿਸ ਨੇ ਰਿਮਾਂਡ ਦੀ ਵੀ ਡਿਮਾਂਡ ਕਰੀ ਸੀ ਸਰ ਹੋਰ ਨਹੀਂ ਅੱਜ ਕੋਈ ਰਿਮਾਂਡ ਦੀ ਡਿਮਾਂਡ ਨਹੀਂ ਕੀਤੀ ਜੀ ਕਿਸੇ ਵੀ ਤਰ੍ਹਾਂ ਦੀ ਜੀ ਸੋ ਪਰ ਸਾਨੂੰ ਇਹ ਲੱਗਦਾ ਸੀ ਵੀ ਕਿਤੇ ਹੋ ਸਕਦਾ ਕੋਈ ਕਦੇ ਦਿਨ ਦੀ ਡਿਮਾਂਡ ਕਰਨ ਪਰ ਕਿਸੇ ਵੀ ਤਰ੍ਹਾਂ ਦੀ ਪੁਲਿਸ ਨੇ ਅੱਜ ਡਿਮਾਂਡ ਨਹੀਂ ਕੀਤੀ ਜੀ ਰਿਮਾਂਡ ਠੀਕ ਹੈ